ਸਿੱਧੂ ਮਸੇਵਾਲੇ ਨੇ ਇੱਕ ਵਾਰ ਫਿਰ ਤੋਂ ਬਣਾਇਆ ਵਰਲਡ ਰਿਕਾਰਡ ਪੰਜਾਬੀਆਂ ਦਾ ਫਿਰ ਤੋਂ ਨਾਮ ਕਰ ਦਿੱਤਾ ਰੌਸ਼ਨ ਹਰ ਇੱਕ ਵਿਅਕਤੀ ਸਿੱਧੂ ਮਸੇਵਾਲੇ ਤੇ ਕਰ ਰਿਹਾ ਹੈ ਮਾਨ ਜੀ ਹਾਂ ਤੁਹਾਨੂੰ ਦੱਸਦੇ ਕਿ ਸਿੱਧੂ ਮਸੇਵਾਲੇ ਨੇ ਇੱਕ ਵਾਰ ਫਿਰ ਤੋਂ ਸਾਰੇ ਰਿਕਾਰਡ ਤੋੜ ਦਿੱਤੇ ਨੇ ਤੇ ਇੱਕ ਨਵਾਂ ਵਰਲਡ ਰਿਕਾਰਡ ਬਣਾ ਦਿੱਤਾ ਹੈ ਇਸ ਵਰਲਡ ਰਿਕਾਰਡ ਨੂੰ ਬਣਾਉਣ ਵਾਲਾ ਪਹਿਲਾ ਆਜ਼ਾਦ ਭਾਰਤੀ ਵਿਅਕਤੀ ਹੈ ਸਿੱਧੂ ਮੂਸੇਵਾਲਾ ਸੋ ਆਪਣੇ ਆਪ ਦੇ ਵਿੱਚ ਬੜੀ ਹੀ ਮਾਣ ਵਾਲੀ ਗੱਲ ਹੈ ਸਾਡੇ ਦੀ ਕਿਉਂਕਿ ਪਹਿਲੀ ਗੱਲ ਤਾਂ ਸਿੱਧੂ ਮੂਸੇਵਾਲਾ ਭਾਰਤ ਤੋਂ ਹੈ ਦੂਜੀ ਗੱਲ ਉਹ ਪੰਜਾਬੀ ਹੈ ਪੰਜਾਬ ਦੇ ਲੋਕਾਂ ਦਾ ਮਾਣ ਉਸਨੇ ਵਧਾਇਆ ਹੈ ਪੂਰੇ ਭਾਰਤ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਸਗੋ ਕਿਉਂਕਿ ਵਰਲਡ ਰਿਕਾਰਡ ਕਾਇਮ ਕੀਤਾ ਸੋ ਗੱਲ ਕਰਾਂਗੇ ਕਿ ਆਖਿਰ ਇਸ ਵਾਰ ਸਿੱਧੂ ਮੂਸੇਵਾਲਾ ਨੇ ਕਿਹੜਾ ਵਰਲਡ ਰਿਕਾਰਡ ਬਣਾਇਆ ਹੈ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਮਾਧਿਅਮ ਨਾਲ ਹੀ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਦੱਸਦੇ ਕਿ ਸਿੱਧੂ ਮੂਸੇਵਾਲਾ ਅਕਸਰ ਹੀ ਰਿਕਾਰਡ ਨਵੇਂ ਤੋਂ ਨਵੇਂ ਕਾਇਮ ਕਰਦਾ ਹੋਇਆ ਦਿਖਾਈ ਦਿੰਦਾ ਤੇ ਪੁਰਾਣੇ ਰਿਕਾਰਡਾਂ ਨੂੰ ਤੋੜ ਦਿੰਦਾ ਹੈ ਕਈ ਵਾਰ ਤਾਂ ਆਪਣੇ ਹੀ ਰਿਕਾਰਡ ਤੋੜਦਾ ਹੋਇਆ ਨਜ਼ਰ ਆਉਂਦਾ ਤੇ ਹੁਣ ਤਾਂ ਸਿੱਧੂ ਮੂਸੇਵਾਲੇ ਨੇ ਕਮਾਲ ਹੀ ਕਰ ਦਿੱਤੀ ਜਦੋਂ ਉਸਨੇ ਸਾਰੇ ਰਿਕਾਰਡ ਤੋੜਦੇ ਹੋਏ ਆਪਣੇ YouTube ਚੈਨਲ ਦੇ ਉੱਤੇ ਸਭ ਤੋਂ ਵੱਧ ਸਬਸਕ੍ਰਾਈਬਰਸ ਪਾਏ ਨੇ ਜੀ ਹਾਂ ਬੜਾ ਹੀ ਮਾਣ ਮਹਿਸੂਸ ਹੁੰਦਾ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਹੋਏ ਸਿੱਧੂ ਮੂਸੇਵਾਲੇ ਤੋਂ ਕਲਚਰ ਤੋਂ ਬਲੌਂਕ ਕਰਦੇ ਹੋਏ ਕਿਉਂਕਿ ਸਿੱਧੂ ਮੂਸੇਵਾਲੇ ਨੇ ਸਾਰੇ ਹੀ ਰਿਕਾਰਡ ਤੋੜ ਦਿੱਤੇ ਪਹਿਲਾ ਭਾਰਤੀ ਵਿਅਕਤੀ ਬਣਿਆ ਜਿਸ ਨੇ ਸਬਸਕ੍ਰਾਈਬਰ ਜਿਹੜੇ ਨੇ ਤਕਰੀਬਨ 20 ਮਿਲੀਅਨ ਸਬਸਕ੍ਰਾਈਬਰ ਹੋ ਚੁੱਕੇ ਨੇ ਸਿੱਧੂ ਮਸੇਆਅੇ ਦੀ ਤੁਹਾਨੂੰ ਦੱਸਦੀ ਆ ਕਿ ਸਿੱਧੂ ਮਸੇਆਅੇ ਦੀ ਬਹੁਤ ਤੋਂ ਬਾਅਦ ਉਸ ਦਾ ਤੀਸਰਾ ਗਾਣਾ ਮੇਰਾ ਨਾਂ ਯਾਨੀ ਕਿ ਮਾਈ ਨੇਮ ਲਾਂਚ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਐਸ.ਓ.ਆਈ.ਐਲ ਤੇ ਵਾਰ ਗੀਤ ਰਿਲੀਜ਼ ਕੀਤਾ ਗਿਆ ਸੀ ਤੇ ਹੁਣ ਵਾਲੇ ਗੀਤ ਨੇ ਤਾਂ ਸਾਰੇ ਹੀ ਹੱਦ ਪਾਰ ਕਰਕੇ ਰੱਖ ਦਿੱਤੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਕਿਉਂਕਿ ਦੇਖਦੇ ਹੀ ਦੇਖਦੇ ਮਿਲੀਅਨਸ ਦੇ ਵਿੱਚ ਪਹੁੰਚ ਜਾਂਦਾ ਹੈ ਸਿੱਧੂ ਮਸੇਵਾਲਾ ਦਾ ਮੇਰਾ ਨਾਮ ਗੀਤ ਤੇ ਹੁਣ ਤੱਕ ਇਸ ਨੂੰ 22 ਮਿਲੀਅਨ ਤੋਂ ਵੀ ਵੱਧ ਵਾਰ ਸੁਣਿਆ ਜਾ ਚੁੱਕਾ ਹੈ ਸੋ ਆਪਣੇ ਆਪ ਦੇ ਵਿੱਚ ਬੜੀ ਹੀ ਮਾਣ ਵਾਲੀ ਗੱਲ ਹੈ ਸਿੱਧੂ ਮਸੇਵਾਲਾ ਜੇਕਰ ਇਸ ਦੇ ਵਿੱਚੋਂ ਹੁੰਦਾ ਤਾਂ ਹੋਰ ਵਧੀਆ ਹੋਣਾ ਸੀਗਾ ਪਰ ਫਿਲਹਾਲ ਹਲੇ ਵੀ ਉਹ ਰਿਕਾਰਡ ਤੋੜਦਾ ਹੋਇਆ ਰਿਕਾਰਡ ਕਾਇਮ ਕਰਦਾ ਹੋਇਆ ਵੀ ਦਿਖਾਈ ਦਿੰਦਾ ਹੈ ਪੰਜਾਬੀਆਂ ਦਾ ਮਾਣ ਰੁਤਬਾ ਉੱਚਾ ਕਰਦਾ ਹੋਇਆ ਕਿਤੇ ਨਾ ਕਿਤੇ ਹਲੇ ਵੀ ਦਿਖਾਈ ਦਿੰਦਾ ਸੋ ਕਹਿੰਦੇ ਨੇ ਕਿ ਸਿਵਿਆ ਜੋ ਵੀ ਬੋਲਦਾ ਹੈ ਇਹ ਪੰਜਾਬ ਦਾ ਪੁੱਤ ਸੋ ਬੇहद ਹੀ ਮਾਣ ਵਾਲੀ ਗੱਲ ਹੈ ਕਿ ਸਿੱਧੂ ਮਸੇਵਾਲੇ ਦੇ ਜਿਹੜੇ ਸਬਸਕ੍ਰਾਈਬਰ ਨੇ ਉਹ 20 ਮਿਲੀਅਨ ਹੋ ਚੁੱਕੇ ਨੇ ਤੇ ਮਾਤਾ ਚਰਨ ਕੌਰ ਨੇ ਵੀ ਉਸ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਮਾਤਾ ਚਰਨ ਕੌਰ ਬੇहद ਭਾਵੁਕ ਵੀ ਹੋਏ ਸੀ ਤੇ ਉਹਨਾਂ ਨੇ ਕਿਹਾ ਸੀ ਸ਼ੁਭ ਪੁੱਤ ਨੂੰ ਮੁਬਾਰਕਾ ਹੋਣ ਤੇਰੇ YouTube ਚੈਨਲ ਦੇ ਉੱਤੇ 20 ਮਿਲੀਅਨ ਸਬਸਕ੍ਰਾਈਬਰਸ ਪੂਰੇ ਹੋ ਚੁੱਕੇ ਨੇ ਸੋ ਬੇहद ਹੀ ਮਾਣ ਵਾਲੀ ਗੱਲ ਐ ਸੋ ਇੱਕ ਵਾਰ ਤੁਸੀਂ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਸਿੱਧੂ ਮਸੇਵਾਲੇ ਦੇ ਸਿੱਧੂ ਮਸੇਵਾਲੇ ਦੇ ਉੱਤੇ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਹੈ ਦੂਮੂਸੇਵਾਲੇ ਦੇ ਕਲਚਰ ਨੂੰ ਬਿਲੋਂਗ ਕਰਨ ਤੇ ਕਿੰਨਾ ਕਮਾਨ ਮਹਿਸੂਸ ਹੁੰਦਾ ਸੋ ਕਮੈਂਟਾਂ ਦੇ ਵਿੱਚ ਹੈਸ਼ਟੈਗ ਜਸਟਿਸ ਫਾਰ ਸਿੱਧੂ ਮੁਸੇਵਾਲਾ ਲਿਖਣਾ ਨਾ ਪੁੱਲ ਨਾ ਜੀ